अस्सलाम वालेकुम, सत श्री अकाल। लहिंदे ते चढ़दे पंजाब दी सांझ नूं लै के वीरो असीं अज पहुंचे हाँ चक नंबर 497 EB, तहसील बूरेवाला, ज़िला विहाड़ी। असीं अज इन्हां बजुर्गां नूं तुहाडे नाल मिला रहे हाँ। बाबा मुंशी जिन्हां दा पिछोकड़ वाला पिंड सी रामू वाला, आओ गल करदे हाँ बाबा मुंशी नाल। उन्हां ने उस वेले जाड़े वेले की वेख्या और उन्हां नाल की होया उस वेले, और उन्होंने अपने पिछोकड़ बारे किन्ना याद है, सारिया गल्लां करदे आ बाबा मुंशी नाल। सलाम अलैकुम। वालेकुम सलाम। उच्चा बोलियो। की नाम है तुहाडा? मोहम्मद मुंशी। मोहम्मद मुंशी। ते तुहाडे अब्बा दा नाम की सी? नूर मोहम्मद। नूर मोहम्मद। बाबा जी 1947 दे जे उजाड़े ने, तुसीं ओ देखे अपनी अखां नाल? ओ वेख्या, उदो मैं कोई 12 साल दा सी। 12 साल दे सी? तुहाडा उधर पिंड केड़ा सी? रामू वाला। तहसील? मोगा। तहसील मोगा। ते जिला? जिला फिरोजपुर। जिला फिरोजपुर। अच्छा बाबा जी, तुहाडे नाल नाल पिंड केड़े सी? साडे नाल नाल बुकर वड्डा बुकर वदनी अदवा पिंड काफी गे नाल नाल यार। रणिया। अच्छा, और अपने मेरों मेरों होर और डाला डाला। अच्छा सानू ये दस्यो, ये जेड़ा पिंड सी रामू वाला तुहाडा, ये किन्ने पिंड सी रामू वाले? ये 3 पिंड सी रामू वाले। साडा 4 दा। तुहाडा केड़ा, तुहाडे वाले दा नाम की सी? साडे वाले कोई जना भी कहिंदे सी, ते कोई जना सी सिख। की नाम सी ओदा? ਕੁਵੇ ਜਾਨ। ਉਹਨਾਂ ਦੀ ਕੌਮ ਹੋਊਗੀ ਕੁਵੇ ਜਾਨ। ਕੁਵੇ ਜਾਨ ਤੇ ਤੁਸੀਂ ਗਏ ਨਵਾਂ ਰਾਮੂ ਵਾਲੇ? ਅੱਛਾ, ਨਵਾਂ ਰਾਮੂ ਵਾਲਾ। ਇਹ ਜਿਹੜਾ ਨਵਾਂ ਰਾਮੂ ਵਾਲਾ ਸੀ, ਇਹਨਾਂ 'ਚ ਕਿਸੇ ਨੂੰ ਜਾਣਦੇ ਹੋ ਤੁਸੀਂ? ਦੱਸੋ। ਸਾਰਿਆਂ ਨੂੰ ਜਾਣਦੇ ਸੀਗੇ। ਕਿਹਨਾਂ ਕਿਹਨਾਂ ਨੂੰ? ਹਰਚੰਦ। ਹਰਚੰਦ ਸਿਓ। ਹੋਰ ਕਿਹਨਾਂ ਕਿਹਨਾਂ ਨੂੰ ਜਾਣਦੇ ਸੀ? ਵੀਰ ਸਿੰਘ ਡਾਕੂ। ਹਾਂ, ਵੀਰ ਸਿੰਘ ਡਾਕੂ ਸਾ। ਡਾਕੂ ਸੀ ਉਹ। ਤੇ ਉਹਦਾ ਭਰਾ ਸੀਗਾ ਉਹਦਾ ਵੀ ਕੀ ਨਾਮ, ਤੇ ਇੱਕ ਸੀ ਥੰਮਣ ਸਿਓ। ਅੱਛਾ। ਇੱਕ ਸੀਗਾ ਸ਼ਾਮ ਸਿਓ। ਅੱਛਾ। ਇੱਕ ਸੀ ਕੀ ਨਾਂ ਸੀ ਉਹਨਾਂ ਦੇ? ਲੋੜਾ ਸਿਓ। ਹਾਂ। ਇੱਕ ਨਾਂ ਚੰਨਣ ਸਿਓ। ਅੱਛਾ। ਇੱਕ ਨਾਂ ਸੋਹਣ ਸਿਓ। ਅੱਛਾ। ਹੋਰ ਯਾਰ ਕੀ ਨਾਂ ਦੱਸਾਂਗਾ? ਤੇਰਾ ਕੋਈ ਯਾਰ ਬੇਲੀ ਵੀ ਹੈਗਾ ਸੀ ਉੱਥੇ? ਮੈਂ ਛੋਟੇ ਯਾਰ ਬੇਲੀ ਦੇ ਮੁੰਡੇ ਖੋਲੇ ਸੀ। ਕੀ ਨਾਂ ਸੀ ਉਹਨਾਂ ਦੇ ਤੇਰੇ, ਜਿਹੜੇ ਸਿੱਖ ਤੇਰੇ ਨਾਲ ਖੇਡਦੇ ਰਹੇ ਨੇ? ਇੱਕ ਆਸਾ। ਆਸਾ ਕਿਹਨਾਂ ਦਾ ਸੀ ਉਹ? ਉਹ ਵੀ ਸਿੱਖਾਂ ਦਾ ਸੀ। ਹੋਰ ਹੋਰ ਮੁੰਡੇ ਕਈ ਸੀ ਨਾਂ ਯਾਰ ਭੁੱਲ ਗਏ। ਇਹ ਜਿਹੜਾ ਪਿੰਡ ਸੀ ਨਵਾਂ ਰਾਮੂ ਵਾਲਾ, ਇਹ ਕਿੱਡਾ ਕੁ ਪਿੰਡ ਸੀ ਉਦੋਂ? ਪਿੰਡ ਝਗੜਾ ਸੀ। ਕਿੰਨੇ ਘਰ ਸੀ ਇਹਦੇ 'ਚ? ਯਾਰ ਘਰ ਬਹੁਤ ਸੀਗੇ, ਮਗ ਪਿੰਡ ਸੀਗਾ ਚੰਗਾ ਭਲਾ। ਅੱਛਾ ਅੱਛਾ। ਨੰਬਰਦਾਰ ਕੌਣ ਸੀ ਇੱਥੋਂ ਦਾ? ਉਹਦਾ ਨੰਬਰਦਾਰ ਇੱਕ ਨਾਜਰ। ਹਾਂ। ਧਰਮਾ। ਧਰਮਾ 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 ਧਰਮਾ। ਹੋਰ ਦੋ ਨੰਬਰਦਾਰ ਹੀ ਸੀ। ਤੇ ਪਿਆਰ ਮੁਹੱਬਤ ਕਿਵੇਂ ਸੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਵੰਡ ਤੋਂ ਪਹਿਲਾਂ? ਚੰਗਾ ਭਲਾ। ਅੱਛਾ, ਆਣ ਜਾਣ ਸੀ? ਬਿਲਕੁਲ। ਨਿਉਂਦੇ ਭਾਜੀਆਂ ਤੇ ਸਭ ਕੁਛ? ਅੱਛਾ। ਤੇ ਉੱਥੇ ਪਿੰਡ 'ਚ ਮਸੀਤ ਹੈ ਸੀ ਆਪਣੇ? ਮਸੀਤ ਹੈਗੀ ਸੀ ਤੁਹਾਡੇ? ਹਾਂ। ਉਹ ਕਿੱਧਰ ਸੀ? ਉਹ ਮਸੀਤ ਸੀਗੀ ਸਾਡੀ ਚੜ੍ਹਦੇ ਪਾਸੇ। ਚੜ੍ਹਦੇ ਪਾਸੇ ਤੇ ਗੁਰਦੁਆਰਾ? ਗੁਰਦੁਆਰਾ ਸੀ ਪਿੰਡ ਦੇ ਵਿਚਾਲੇ। ਪਿੰਡ ਦੇ ਵਿਚਾਲੇ। ਸਹੀ ਸਹੀ। ਤੇ ਮੇਲਾ ਲੱਗਦਾ ਸੀ ਤੁਹਾਡੇ ਪਿੰਡ 'ਚ ਕੋਈ? ਨਹੀਂ। ਦੂਰਾਂ ਪਰਾ ਨੇੜੇ? ਨਾ, ਨੇੜੇ ਲੱਗਦਾ ਚੜ ਇੱਕ ਮੰਡੀ ਲੱਗਦੀ ਸੀ ਦਸੀ ਮਹੀਨੀ। ਅੱਛਾ ਅੱਛਾ। ਉਹ ਪਹਾੜੀ ਮੰਡੀ ਸੀ ਉਹ ਚੜਿੱਕ ਦੀ। ਚੜਿੱਕ ਦੀ ਮੰਡੀ ਲੱਗਦੀ ਸੀ ਤੁਹਾਡੇ ਕੋਲ? ਤੇ ਖੂਹ ਹੈ ਸੀ ਪਿੰਡ 'ਚ ਉਦੋਂ ਪਾਣੀ? ਬਹੁਤ ਖੂਹ ਸੀ। ਕਿਹਨਾਂ ਕਿਹਨਾਂ ਵਾਲੇ ਖੂਹ ਸੀ? ਖੂਹ ਸੀ ਇੱਕ
ਕੁੱਕਿਆਂ ਦਾ ਵੱਜਦਾ ਸੀ। ਕਿਹਨਾਂ ਦਾ? ਕੁੱਕੇ ਹੀ ਜਾਗਦੇ ਉਹ ਸਿੱਖ। ਅੱਛਾ, ਕੁੱਕੇ ਇੱਕ ਵੱਡਾ ਖੂਹ ਵਾਹੀਆ ਸੀ। ਵੱਡਾ ਖੂਹ? ਹੋਰ ਸਾਡੇ ਖੂਹ ਹੀ ਘਰ ਦੇ ਘਰ ਬਾਰਾਂ ਕੁ। ਬਾਰਾਂ ਖੂਹ ਸੀ? ਬਾਰਾਂ ਤਾਂ ਹੋਣਗੇ ਨਾ। ਅੱਛਾ ਅੱਛਾ, ਮੁਸਲਮਾਨਾਂ ਦਾ ਵੀ ਖੂਹ ਹੈਗਾ ਸੀ ਕਿਸੇ ਦਾ? ਮੁਸਲਮਾਨਾਂ ਦਾ ਕੋਈ ਨਹੀਂ। ਮੁਸਲਮਾਨਾਂ ਦਾ ਕੋਈ ਨਹੀਂ? ਮੁਸਲਮਾਨਾਂ ਦੀਆਂ ਕਿਹੜੀਆਂ ਕਿਹੜੀਆਂ ਬਰਾਦਰੀਆਂ ਸੀ ਤੁਹਾਡੇ ਪਿੰਡ 'ਚ? ਅਸੀਂ ਰਿਪੋਜ਼, ਹਾਂ, ਡੋਗਰ। ਡੋਗਰ ਵੀ ਆਏ ਸੀ ਤੁਹਾਡੇ ਪਿੰਡ 'ਚ? ਆਹੋ। ਹੋਰ ਗੁੱਜਰ? ਅੱਛਾ, ਪਾਣੀ ਨਹਿਰ ਦੇ ਲੱਗਦੇ ਸੀ? ਦੋ ਮੋਗੇ ਸੀ। ਦੋ ਮੋਗੇ ਸੀ ਤੁਹਾਡੇ ਪਿੰਡ ਨੂੰ? ਕਿਹੜੇ ਕਿਹੜੇ ਸੀ? ਨਾਮ ਵੀ ਹੁੰਦੇ ਮੋਗਿਆਂ ਦੇ ਕੋਈ? ਕੋਈ ਨਾ, ਇੱਧਰ ਸੀ ਮਹਿਰੂਆ ਵੱਜਦਾ ਸੀ। ਹਾਂ, ਸਾਡੇ ਪਿੰਡ ਦੇ ਸੀ ਉੱਥੇ। ਕੋਈ ਖਾਸ ਮੋਗਾ ਰੱਖਣਾ ਖੂਹ ਸੀ। ਅੱਛਾ ਬਾਬਾ ਜੀ, ਜਦੋਂ ਇਹ ਵੱਢ ਟੁੱਕ ਹੋਈ ਹੈ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਸਾਨੂੰ ਇੱਥੋਂ ਜਾਣਾ ਪਊਗਾ? ਚੰਗਾ ਭਾਇਆ ਪਤਾ ਲੱਗਣਾ ਸੀਗਾ। ਕਿਵੇਂ? ਆਪਾਂ ਪੈ ਗਿਆ ਲਾ ਕੇ ਚੰਗੀ ਦੇਣ ਜੀਬਾਂ ਨੂੰ। ਹਾਂ, ਅਸੀਂ ਫਿਰ ਚਲੇ ਗਏ ਮਾਲ ਲੈ ਕੇ ਕੋਈ 10-12 ਮੀਲ 'ਚ। ਹਾਂ, ਉੱਥੇ ਗਏ ਹਾਂ ਅਤੇ ਬੰਦੇ ਰਾਤ ਨੂੰ ਤਿੰਨ ਖੂਹ ਉੱਥੇ ਸੀਗਾ, ਉਹਦੇ ਉੱਤੇ ਸੀਗਾ ਬੰਗੇ ਦਾ। ਉਹ ਬੰਦੇ ਮਾਰਦੇ ਮੈਨੂੰ ਘਰ ਦੇ, ਕਹਿੰਦੇ ਵੀ ਤੂੰ ਜਾ। ਭੈਣ ਸਾਡੀ ਕਹਿੰਦੀ ਵੀ ਇਹਦੇ ਕਿਹੜੇ ਪਹਿਲਾਂ ਦੀ ਗੱਲ ਹੈ, ਪਤਾ ਹੀ ਗਿਆ। ਮੈਂ ਜਦੋਂ ਚੱਲਿਆ ਉੱਥੇ ਆਇਆ ਅਤੇ ਉਹ ਦੂਏ ਰਾਮੂ ਵਾਲੇ ਦਾ ਸੀਗਾ ਹਿੰਦੂ। ਅੱਛਾ, ਉਹਦੇ ਨਾਲ ਮੁਲਾਕਾਤ ਬਹੁਤ ਜ਼ਿਆਦਾ ਸੀਗੀ ਗੁਜਰ ਸਿੰਘ ਲੋਕਾਂ ਦੀ। ਅੱਛਾ, ਉਹਦੇ ਨਾਲ? ਉਹਦੇ ਨਾਲ। ਅੱਛਾ, ਬਲਕਿ ਉਹ ਜ਼ਮੀਨ ਲੈ ਲੈ ਕੇ ਡੋਗੇ ਨਾਂ ਲਿਖਿਆ ਜਾਂਦਾ ਸੀ, ਪਹਿਲੇ ਨਾਂ ਹੀ ਸੀ ਲੱਗਦੇ। ਅੱਛਾ, ਉਹ ਫਿਰ ਆ ਕੇ ਮੈਂ ਆਇਆ ਮੋਗਿਓ। ਹਾਂ, ਹੁਣ ਤੁਹਾਡੀ ਵਾਹ ਕੋਈ ਨਹੀਂ। ਹਾਂ, ਤੁਹਾਨੂੰ ਜਾਣਾ ਪਊਗਾ। ਨਿਕਲ ਜੋ, ਚੰਗੇ ਰਹੋਗੇ। ਨਿਕਲ ਜੋ, ਜੇ ਤਾਂ ਹੁੰਦੇ ਸੀ ਸਾਰੇ ਉੱਥੇ। ਹਾਂ, ਫਿਰ ਸਾਡਾ ਬੱਚਾ ਸੀ ਕਦੇ ਕੋਈ ਵੀ। ਅੱਛਾ ਅੱਛਾ, ਉਹ ਫਿਰ ਰਾਤੋ ਰਾਤ ਜੋ ਸੀ ਬੰਦੇ ਸਭ ਨਿਕਲ ਕੇ ਰਹਿ ਗਏ ਪਾਸਾ 10-20 ਘਰ ਨਿਕਲ ਕੇ, ਜਾਂ ਬੁੱਢੇ ਠੇਰੇ ਘਰ ਦੇ ਵਿੱਚ ਉਹ ਰਹਿ ਗਏ। ਉਹ ਰਹਿ ਗਏ ਦੋ ਸਾਰੇ ਜਗਰਾਵੇ ਚਲੇ ਗਏ। ਜਗਰਾਵਾਂ ਚਲੇ ਗਏ? ਹਾਂ। ਅੱਛਾ, ਜਿਹੜੀ ਥੋੜ੍ਹੀ ਘਰ ਸੀ ਉਹ ਫਿਰ ਇੱਕ ਦੂਜੇ ਘਰ ਲੱਗ ਗਏ ਨਾ। ਜੇ ਮੈਂ ਤੇਰੇ ਘਰ ਲੱਗ ਗਿਆ ਤੂੰ ਤੂੰ ਲੱਗ ਗਿਆ। ਅਸੀਂ ਫਿਰ ਆਏ ਪੰਜਾਂ ਕਿਤੇ ਮਗਰੋਂ। ਅੱਛਾ, ਸਾਨੂੰ ਫਿਰ ਮੈਂਟਰੀ ਲੈ ਕੇ ਆਈ ਆਪਣੇ ਬਲੋਚੀ। ਅੱਛਾ, ਮੁਸਲਮਾਨੀ ਪਾਕਿਸਤਾਨ ਚ ਆ ਗਏ ਫਿਰ ਆਏ ਤੁਰ ਕੇ ਗਏ। ਆਏ ਤੁਰ ਕੇ? ਵੱਢ ਟੁੱਕ ਤਾਂ ਨਹੀਂ ਤੁਹਾਡੇ ਨਾਲ? ਸਾਡੇ ਨਾਲ ਹੀ ਹੋਏ, ਅਸੀਂ ਬਚ ਗਏ। ਸਾਡਾ ਜਿਹੜੇ ਕਾਫਰ ਨਾ ਇਹ ਬਚ ਗਿਆ। ਤੁਹਾਨੂੰ ਪਿੰਡ ਵਾਲਿਆਂ ਨੇ ਤਾਂ ਕੁਛ ਨਹੀਂ ਆਖਿਆ? ਨਹੀਂ, ਸਾਨੂੰ ਕੁਛ ਨਹੀਂ ਕਿਹਾ। ਪਿੰਡ ਵਾਲੇ ਜਦੋਂ ਤੁਸੀਂ ਉੱਠਣ ਲੱਗੇ ਤੁਹਾਨੂੰ ਕੁਛ ਉਹਨਾਂ ਨੇ ਕਿਹਾ ਵੀ ਨਹੀਂ ਵੀ ਨਾ ਜਾਓ? ਉਹ 2-3 ਮੀਲ ਸਾਡੇ ਨਾਲ ਆਏ ਆ। ਕਿਹੜੇ ਕਿਹੜੇ ਆਏ ਸੀ ਨਾਲ ਤੁਹਾਡੇ? ਨਾ ਚੇਤੇ ਉਹਨਾਂ ਦੇ ਜਿਹੜੇ ਤੁਹਾਡੇ ਨਾਲ ਛੱਡ ਕੇ ਗਏ ਤੁਹਾਨੂੰ? ਨਹੀਂ ਯਾਰ, ਮੈਂ ਨਾਮ ਨਹੀਂ ਚੇਤੇ। ਅੱਛਾ, ਸਾਡੇ ਨਾਲ ਆਏ ਉਹ ਮਤੇ 3 ਮੀਲ ਫੇਰ ਉੱਥੇ ਸੀ ਨਾ ਕੱਟਣ ਦਾ। ਹਾਂ, ਇਕੱਠੇ ਹੁੰਦੇ ਸੀ ਮੁਸਲਮਾਨ ਪਾਸ ਪਾਸੇ ਸਾਡੇ ਕੈਂਪ, ਉੱਥੇ ਸ਼ਾਮ ਨੂੰ ਇਕੱਠੇ ਕਰ ਲਏ, ਦਿਨ 6 ਵਜੇ ਬਾਅਦ ਤੋਰ ਲਿਆ। ਹਾਂ, ਫਿਰ ਉੱਥੇ ਮੋਗੇ ਆ ਗਏ। ਤੁਸੀਂ ਮੋਗੇ ਆ ਗਏ ਸੀ? ਹਾਂ, ਸਹੀ ਸਹੀ। ਤੇ ਹੋਰ ਵੀ ਪਿੰਡ ਦੀ ਕੋਈ ਗੱਲਬਾਤ ਚੇਤੀ ਹੈ ਤੁਹਾਨੂੰ? ਤੁਹਾਡਾ ਘਰ ਕਿੱਥੇ ਸੀ ਪਿੰਡ 'ਚ? ਸਾਡਾ ਘਰ ਸੀਗਾ ਬਿਲਕੁਲ ਚੜ੍ਹਦੇ 'ਚ। ਕਿਹਨਾਂ ਦੇ ਘਰ ਕੋਲ? ਸਿੱਖਾਂ ਦੇ? ਕੋਈ ਸਾਡੇ ਜਿਵੇਂ ਆਏ ਤਾਂ ਆ ਸਾਡੇ ਘਰ ਹੋ। ਇਸੇ ਅਸੀਂ ਜਗ੍ਹਾ ਮੋਲ ਲੈ ਕੇ ਪਾਈ ਸੀ। ਹਾਂ,
ਅਸੀਂ ਕੋਈ ਚਾਰ ਘਰ ਦਾ ਇਹ ਮੁਸਲਮਾਨਾਂ ਦੇ ਸੀ ਨਾ, ਬਾਕੀ ਸਿੱਖਾਂ ਦੇ ਸੀ। ਉਹ ਜੀ ਚੰਗੇ ਭੈਣਾਂ ਭਰਾਵਾਂ ਦਾ ਸੀ, ਸਿੱਖ ਵੀ ਭੈਣਾਂ ਭਰਾਵਾਂ ਤਰ੍ਹਾਂ ਰਹਿੰਦੇ ਸੀ, ਬਿਲਕੁਲ ਪਿਆਰ ਮੁਹੱਬਤ ਸੀ ਤੁਹਾਡਾ। ਹਾਂ ਬਿਲਕੁਲ। ਪਿੰਡ 'ਚ ਕੋਈ ਬਾਜੀ ਕੋਈ ਮੇਲਾ? ਨਹੀਂ ਸਾਡੇ ਬਾਜੀ ਬਾਜੀ ਗਾ ਨਹੀਂ ਹੁੰਦੇ, ਇਹ ਪਾਉਂਦੇ ਸੀ ਬਾਜੀ, ਹੋਰ ਨਹੀਂ ਸਾਡੇ ਮੇਲੇ ਕੋਈ। ਅੱਛਾ ਅੱਛਾ। ਤੇ ਤੁਹਾਡਾ ਕਿਹਨਾਂ ਦੇ ਘਰੇ ਆਉਣਾ ਜਾਣਾ ਹੁੰਦਾ ਸਿੱਖਾਂ 'ਚੋਂ? ਸਾਡਾ ਸਾਰਿਆਂ ਨਾਲ ਹੀ ਆ ਯਾਰ, ਕਿਹਨਾਂ ਨਹੀਂ। ਅੱਛਾ ਅੱਛਾ। ਹਾਂ ਹੋਰ